ਨਿੱਕੀ ਹੋਈ ਜੀ ਮਾਂ ਵਾ, ਧੀ ਦੇ ਘਰ ਆ ਕੇ ਬੈਠੀ ਹੈ, ਆਪਣੀ ਧੀ ਦਾ ਘਰ ਹੀ ਉਜਾੜਨ ਲੱਗੀ ਹੋਈ ਹੈ। ਇਹਨੂੰ ਨਹੀਂ ਅਕਲ ਹੀ ਮੈਂ ਆਪਣੇ ਘਰ ਜਾਵਾਂ, ਇੰਨੀ ਦੇਰ ਦੀ ਆਈ ਹੋਈ ਹਾਂ। ਇਹ ਤਾਂ ਮੰਮੀ ਹੁਣ ਉਹਨੂੰ ਸਮਝ ਚਾਹੀਦੀ ਆ ਨਾ। ਮੈਂ ਚਲੋ ਮੰਮੀ ਫਿਰ ਤੁਹਾਨੂੰ ਬਾਅਦ 'ਚ ਕਰੂੰਗਾ ਫੋਨ, ਇਹ ਨਾ ਹੋਵੇ ਫਿਰ ਉਹ ਕਿਤੇ ਆ ਜਾਏ ਅਤੇ ਫਿਰ ਪੰਗਾ ਪੈ ਜਾਏ ਕੋਈ। ਉਹਨੂੰ ਪੁੱਤ ਤੂੰ ਮੇਰੀ ਫਿਕਰ ਨਾ ਕਰ, ਮੇਰੀ ਫਿਕਰ ਨਾ ਕਰ, ਤੂੰ ਆਪਣਾ ਘਰ ਸੰਭਾਲ, ਉਹਨੂੰ ਸਮਝਾ ਜਿਸ ਤਰ੍ਹਾਂ ਮਰਜ਼ੀ, ਤੇਰਾ ਧਿਆਨ ਕਰੇ, ਮੈਨੂੰ ਇਹੀ ਖੁਸ਼ੀ ਹੈ, ਮੈਂ ਨਹੀਂ ਚਾਹੀਦਾ, ਤੁਸੀਂ ਖੁਸ਼ ਰਹੋ ਆਪਸ ਦੇ ਵਿੱਚ। ਚਲੋ ਠੀਕ ਆ ਮੰਮੀ, ਫਿਰ ਮੈਂ ਕਰਦਾ ਹੁਣੇ, ਆ ਗਈ ਜੇ ਉਹ, ਮੈਂ ਬਾਅਦ 'ਚ ਕਰਦਾ ਤੁਹਾਨੂੰ। ਚੱਲ ਠੀਕ ਹੈ, ਖੁਸ਼ ਰਹਿ। ਹਾਂਜੀ ਵੇਖ ਲਓ, ਮੈਨੂੰ ਗੋਲਡੀ ਪਿੰਡ ਨਹੀਂ ਜਾਣ ਦੇਣ ਡਿਆ, ਕਹਿੰਦਾ ਮੰਮੀ ਤੁਸੀਂ ਇੱਥੇ ਰਹੋ। ਨਾ ਤਾਂ ਕਿਉਂ ਜਾਣ ਦੇਵੇ ਗੋਲਡੀ ਪਿੰਡ, ਹੈਂ ਤੁਹਾਡਾ ਹੱਕ ਹੀ ਇੱਥੇ ਬਣਦਾ ਵਾ ਰਹਿਣ ਦਾ, ਤੁਸੀਂ ਪਿੰਡ ਇਕੱਲਿਆਂ ਨੇ ਕੀ ਕਰਨਾ, ਜੇ ਇਸ ਉਮਰ 'ਚ ਨਾਲ ਨਹੀਂ ਰਹਿਣਾ ਤਾਂ ਕਦੋਂ ਰਹਿਣਾ ਜੇਗਾ। ਗੱਲ ਤਾਂ ਭੈਣ ਜੀ ਤੁਹਾਡੀ ਸਹੀ ਆ, ਪਰ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਤਾਂ ਮੇਰੇ ਮਨ 'ਚ ਡਰ ਨਹੀਂ ਸੱਚ ਹੀ ਆ, ਪਤਾ ਨਹੀਂ ਮੈਨੂੰ ਇੰਜ ਕਿਉਂ ਲੱਗਦਾ ਕਿ ਕਿਰਨ ਦੀ ਮੰਮੀ ਨਹੀਂ ਚਾਹੁੰਦੀ ਕਿ ਆਪਾਂ ਇੱਥੇ ਰਹੀਏ। ਨਹੀਂ ਨਹੀਂ ਇਹੋ ਜਿਹਾ ਕੁਛ ਨਹੀਂ ਹੈਗਾ, ਕਿਰਨ ਦੀ ਮੰਮੀ ਦਾ ਇੱਥੇ ਹੱਕ ਰਹਿਣ ਦਾ ਨਹੀਂ ਹੈਗਾ, ਜਦਕਿ ਤੁਹਾਡਾ ਹੱਕ ਆ। ਕਿਰਨ ਦੀ ਮੰਮੀ ਆਈ ਆ ਫਿਰ ਤੁਰ ਕੇ ਆਪਣਾ ਜਿੰਨੇ ਦੇ ਲੈਣਾ ਰਹਿ ਕੇ ਜਾਵੇ, ਉਹ ਕੋਈ ਇਤਰਾਜ਼ ਥੋੜ੍ਹੀ ਕੀਤਾ ਜਾਂਦਾ, ਮਗਰ ਤੁਸੀਂ ਪੱਕੇ ਰਹੋ ਇੱਥੇ, ਤੁਸੀਂ ਕੋਈ ਜਾਣਾ ਵਾਪਸ। ਭੈਣ ਜੀ ਗੱਲ ਤਾਂ ਤੁਹਾਡੀ ਸਹੀ ਹੈ ਕਿ ਮੇਰੇ ਪੁੱਤ ਦਾ ਘਰ ਆ। ਆਹੋ ਕਿੱਥੇ ਜਾਣਾ ਵਾ, ਜਾਣ ਦਾ ਹੀ ਰੌਲਾ ਪਾਈ ਜਾਂਦੇ ਜੇ, ਬਸ ਇਹਨਾਂ ਨੂੰ ਜਾਣਦੀ ਲੱਗੀ ਆ, ਜਾਣਦੀ ਪਈ ਆ ਇਹਨਾਂ ਨੂੰ ਕਿ ਆ ਕੀ ਲੈ ਕੇ ਆਇਆ। ਆ ਤੁਹਾਡੀ ਨੂੰਹ ਵਾਸਤੇ ਬਣਾਏ ਸੀਗੇ, ਵੇਖੋ ਭੈਣ ਜੀ ਬਹੁਤ ਸੋਹਣੇ, ਬੜੇ ਸੋਹਣੇ ਬਣੇ। ਅੱਛਾ ਇਹਨੇ ਵੀ ਬਹੁਤ ਵਧੀਆ ਹੀ, ਇਸੇ ਲਈ ਤੁਹਾਨੂੰ ਮੈਂ ਜਾਣ ਨਹੀਂ ਦੇਣ ਦਿਆ। ਵੇਖਿਆ ਜੀ ਤੁਸੀਂ ਜਾ ਕੇ ਉੱਥੇ ਪਤਾ ਨਹੀਂ ਕੀ ਕਰਨਾ, ਚਰਖਾ ਕੱਤਣਾ ਸੀ ਘਰੇ ਬਹਿ ਕੇ। ਮੈਨੂੰ ਹੁਣ ਪਤਾ ਲੱਗਾ ਜਿਹੜੇ ਤੂੰ ਮੇਰੇ ਕੋਲ ਸਵੇਰੇ ਪੈਸੇ ਮੰਗਣ ਡਿਆ ਸੀ, ਅਤੇ ਮੈਂ ਵੀ ਤੇਰੇ ਨਾਲ ਝੂਠ ਬੋਲ ਬੈਠੀ ਸੀ। ਅਤੇ ਸਾਰੀਆਂ ਗੱਲਾਂ ਥੋੜ੍ਹੀ ਦੱਸਣੀਆਂ, ਮੈਨੂੰ ਕੋਲ ਸਵੇਰੇ ਪੈਸੇ ਮੰਗਦਾ ਸੀ, ਉਹ ਪੈਸੇ ਰੱਖ ਕੇ ਕਿਤੇ ਕਿਰਨ ਵੀ ਭੁੱਲ ਬੈਠੀ, ਅਤੇ ਮੈਂ ਵੀ, ਅਤੇ ਮੈਨੂੰ ਝੂਠ ਹੀ ਕਹਿਤਾ ਕਿ ਗੋਲਡੀ ਅਖੇ ਮੈਂ ਤਾਂ ਚੂੜੀ ਬੰਨੀ ਦਿੱਤੀ ਹੈ, ਅਤੇ ਮੈਨੂੰ ਸਵੇਰੇ ਕਹਿੰਦਾ ਚੱਲ ਸੁਨਿਆਰੇ ਕੋਲ ਚੱਲੀਏ ਚੂੜੀ ਲੈ ਕੇ ਆਈਏ, ਪਰ ਜੇ ਬੰਨੀ ਦਿੱਤੀ ਹੋਊਗੀ ਤਾਂ ਉਹਨੇ ਸੱਚੀ ਬਣਾ ਕੇ ਲਿਆਤੀਆਂ ਤੁਹਾਨੂੰ। ਇਹ ਨਾ ਕੰਮ ਕਰੋ, ਉਹਨੂੰ ਕਿਰਨ ਨੂੰ ਆਵਾਜ਼ ਮਾਰੋ ਅਤੇ ਆਪਣੇ ਹੱਥੀਂ ਉਹਨੂੰ ਫੜਾ ਦਿਓ। ਅਤੇ ਪੁੱਤਰ ਤੂੰ ਦੇ ਦੇ, ਕਿਉਂ ਜੇ ਤੂੰ ਬਣਾ ਕੇ ਲਿਆਂਦੀ ਤਾਂ। ਲੈ ਮੰਮੀ ਕੋਈ ਫਰਕ ਥੋੜ੍ਹੀ ਆ, ਤੁਸੀਂ ਦਿਓ ਆਵਾਜ਼ ਮਾਰੋ ਅਤੇ ਤੁਸੀਂ ਫੜਾਇਓ, ਮੈਂ ਚੱਲਿਆ ਵਾਂ ਅਤੇ ਤੁਸੀਂ ਆਵਾਜ਼ ਨਹੀਂ ਦਿਓ। ਕਿਰਨ ਇੱਧਰ ਆ ਪੁੱਤ, ਵੇਖੋ ਕਿੰਨਾ ਪਿਆਰ ਕਰਦਾ, ਅਤੇ ਤੁਸੀਂ ਆਉਂਦੇ ਮੈਂ ਚੱਲ ਜਾਣਾ, ਉਹ ਕਿਹਦੇ ਨਾਲ ਸਲਾਹਾਂ ਕਰੂਗਾ, ਜੇ ਹੈਗੇ ਜੇ ਤਾਂ ਹੀ ਤੁਹਾਡੇ ਨਾਲ ਸਲਾਹ ਕਰਦਾ ਹੈ ਨਾ, ਕਿੰਨਾ ਪਿਆਰ ਹੈ, ਅਤੇ ਤੁਸੀਂ ਛੱਡ ਕੇ ਜਾਓਗੇ ਕਿਸ ਤਰ੍ਹਾਂ ਦਾ ਲੱਗੂਗਾ, ਨਾ ਤੁਹਾਡਾ ਉੱਥੇ ਦਿਲ ਲੱਗਣਾ ਅਤੇ ਨਾ ਉਹਨਾਂ ਦਾ ਲੱਗਣਾ ਜੀ। ਭੈਣ ਜੀ ਉਹ ਗੱਲ ਤਾਂ ਠੀਕ ਆ ਜਿਹੜੀ ਮੈਂ ਤੁਹਾਨੂੰ ਦੱਸਣ ਦੀ ਗੱਲ, ਆ ਕਿਰਨ ਦੀ ਮੰਮੀ ਮੂੰਹ ਸਿਰ ਬੜੇ ਵੱਟਦੀ ਆ। ਵੱਟਣ ਦਿਓ, ਤੁਹਾਡਾ ਘਰ ਆ, ਵੱਟਦੀ ਵੱਟਦੀ ਰਹਿਣ ਦਿਓ, ਕਿੰਨੇ ਕੁ ਦਿਨ ਵੱਟੇਗੀ। ਪਰ ਭੈਣ ਜੀ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਨੂੰਹ ਪੁੱਤ ਵਿੱਚ ਲੜਾਈ ਹੋਵੇ। ਨਹੀਂ ਨਹੀਂ ਇਹੋ ਜਿਹੀ ਗੱਲ ਕੋਈ ਨਹੀਂ। ਮੰਮੀ ਇੱਕ ਕੰਮ ਕਰੋ, ਹਾਂ ਤੁਸੀਂ ਜਾਓ ਅੰਦਰ, ਉਹ ਡਈ ਆ ਡਸਟਿੰਗ ਡੁਸਟਿੰਗ ਕਰਨ, ਅਤੇ ਤੁਸੀਂ ਨਾ ਆਪ ਜਾ ਕੇ ਉਹਨੂੰ ਫੜਾ ਦਿਓ। ਮੇਰੀ ਗੱਲ ਸੁਣ, ਆ ਤੇਰੀ ਸੱਸ ਰਸੋਈ ਥਾਣੀ ਵੇਖਣ ਡਈ ਆ ਕਿ ਪਤਾ ਨਹੀਂ ਡੱਬੀ ਕੀ ਫੜਾਈ, ਉਹਨੂੰ ਵੀ ਵਿਖਾ ਦੇ। ਉਹਨਾਂ ਦੀ ਕੁੜੀ ਨੂੰ ਹੀ ਦੇਣ ਡਿਆ ਵਾ, ਮੈਂ ਕਿਸੇ ਬਾਹਰ ਵਾਲੀ ਨੂੰ ਥੋੜ੍ਹੀ ਦੇਣ ਡਿਆ ਵਾਂ। ਆ ਵੇਖ ਲਓ। ਹਾਂਜੀ ਭੈਣ ਜੀ ਬਿਲਕੁਲ ਮੁੰਡਾ ਠੀਕ ਕਹਿਣ ਡਿਆ ਵਾ, ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਨਾ ਸੋਚਿਆ ਕਰੋ, ਤੁਸੀਂ ਜਾਓ ਜਿਸ ਤਰ੍ਹਾਂ ਆਉਂਦਾ ਉਸ ਤਰ੍ਹਾਂ ਕਰੋ। ਆਂਟੀ ਤੁਸੀਂ ਨਾਲ ਚੱਲ ਜਾਓ, ਜਾਓ ਦੇਖ ਲਓ, ਚਲੋ ਆਓ, ਚਲੋ ਆਪਾਂ ਦੋਵੇਂ ਚੱਲਦੇ ਹਾਂ, ਚਲੋ ਇਹ ਕਿਸ ਤਰ੍ਹਾਂ ਡੱਬੀ ਲਿਆ ਕੇ ਅਤੇ ਮਾਂ ਨੂੰ ਫੜਾ ਦਿੱਤੀ ਸੀ, ਮੈਂ ਨਹੀਂ ਫੜਾ ਸਕਦਾ ਸੀ ਭਲਾ,
ਸਲਾਹ ਗਟਰ ਮਟਰ ਲੱਗੇ। ਦੱਸ ਉਹ ਗੁਆਂਢਣ ਚੰਗੀ ਬਣ ਗਈ ਅੱਜ, ਉਹਨਾਂ ਬਹਿ ਕੇ ਸਲਾਹਾਂ ਹੋਣ ਡਈਆਂ, ਉਹਦੇ ਸਿਲਾਈ ਪਏ ਵੀ ਕਿਸ ਤਰ੍ਹਾਂ ਕਰੀਏ। ਅਤੇ ਉਹਨੂੰ ਵੀ ਕਹੀ ਜਾਂਦਾ ਆਓ ਆਂਟੀ ਅੰਦਰ ਚੱਲੀਏ, ਆਓ ਆਂਟੀ ਅੰਦਰ ਚੱਲੀਏ। ਮਾਂ ਵੀ ਲੱਗੀ ਉਹਦੇ ਨਾਲ ਗੁਆਂਢਣ ਦੇ ਨਾਲ, ਅੱਧ ਹੋਈ। ਮੈਂ ਤਾਂ ਨਜ਼ਰ ਹੀ ਨਹੀਂ ਆਈ ਇਹਨਾਂ ਨੂੰ, ਅਤੇ ਮੈਂ ਵੀ ਹੈਗੀ ਹਾਂ ਇੱਥੇ। ਕਿਰਨ ਹਾਂਜੀ ਦਾਦੀ ਜੀ, ਆ ਕੀ ਕਰਨ ਡਈ ਹੈ? ਦਾਦੀ ਜੀ ਤੁਹਾਨੂੰ ਪਤਾ ਤਾਂ ਹੈਗਾ ਵਾ, ਅਲਮਾਰੀ ਸੈੱਟ ਹੋਣ ਵਾਲੀ ਸਾਰੀ ਇਹਨਾਂ ਦੀ, ਉਦੋਂ ਕਮਰੇ ਦਾ ਹਾਲ ਵੇਖੋ, ਆਹ ਡਸਟਿੰਗ ਹੋਣ ਵਾਲੀ ਸਾਰੀ ਇੱਥੇ। ਅਤੇ ਮੈਂ ਕਿਹਾ ਪਹਿਲਾਂ ਮੈਂ ਨਾ ਅਲਮਾਰੀ ਸੈੱਟ ਕਰ ਲਾਂ, ਫਿਰ ਮੈਂ ਡਸਟਿੰਗ ਕਰ ਲੈਂਦੀ ਹਾਂ। ਹਾਏ ਕਦੀ ਮੇਰੇ ਕੋਲ ਬਹਿ ਵੀ ਜਾਇਆ ਕਰ, ਜਦੋਂ ਵੇਖੋ ਹਰ ਵੇਲੇ ਕੰਮ ਹੀ ਕੰਮ ਕਰਦੀ ਰਹਿੰਦੀ ਹੈ। ਹੈ ਦਾਦੀ ਜੀ, ਫਿਰ ਟੈਨਸ਼ਨ ਨਾ ਲਓ, ਹੁਣੇ ਹੀ ਬਹਿ ਜਾਂਦੀ ਹਾਂ ਤੁਹਾਡੇ ਕੋਲ, ਪਰ ਬਾਅਦ 'ਚੋਂ ਕੰਮ ਕਿੰਨੇ ਕਰਨਾ, ਪਾਇਲ ਵੀ ਨਹੀਂ ਆਈ ਅੱਜ। ਅੱਜ ਕੋਈ ਨਹੀਂ, ਪਾਇਲ ਅਸੀਂ ਫੋਨ ਕਰ ਦਿੰਦੇ, ਆਪੇ ਆ ਜਾਏਗੀ, ਕਦੀ ਥੋੜ੍ਹਾ ਬਹੁਤਾ ਉਹ ਕਰਾ ਦੂਗੀ, ਥੋੜ੍ਹਾ ਬਹੁਤਾ ਆਪ ਕਰਿਆ ਕਰ ਕੰਮ। ਹਰ ਵੇਲੇ ਜਿਸ ਵੇਲੇ ਵੇਖੋ ਉਸ ਵੇਲੇ ਕੰਮ ਹੀ ਕਰਦੀ ਰਹਿੰਦੀ ਹੈ। ਵੇਖੋ ਸਵੇਰੇ ਤੁਸੀਂ ਨਾਸ਼ਤਾ ਕਰਾਤਾ, ਤੇ ਮੈਂ ਕਿਹਾ ਚੱਲ ਹੁਣ ਮੈਂ ਥੋੜਾ ਜਿਹਾ ਆਹ ਕੰਮ ਕਰ ਲਵਾਂ। ਤੁਹਾਨੂੰ ਪਤਾ ਘਰ ਦਾ ਛੋਟਾ ਛੋਟਾ ਕੰਮ ਤੇ ਆਪ ਹੀ ਕਰਨਾ ਪੈਂਦਾ, ਆਪਾਂ ਕਿਸੇ ਤੇ ਡਿਪੈਂਡ ਤੇ ਹੋ ਨਹੀਂ ਸਕਦੇ ਨਾ ਇੰਨੇ ਕੰਮ ਲਈ। ਮੰਮੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ, ਕੀ ਹਾਲ? ਠੀਕ ਹੋ? ਹੋਰ ਹੋਰ ਵਧੀਆ, ਜਿਹੜਾ ਟਾਈਮ ਲੰਘ ਜਾਵੇ। ਤੇਰੇ ਵਾਸਤੇ ਮੈਂ ਚੂੜੀ ਬੰਨੀ ਦਿੱਤੀ ਆ। ਅੱਛਾ, ਤੇ ਫੇਰ ਮੰਮੀ ਬੋਲਿਆ ਤੇ ਝੂਠ ਹੀ ਸੀ ਵੈਸੇ? ਆ ਖੋਲ ਕੇ ਵੇਖ ਤੇ ਸੀ ਚਾਈ ਜੀ, ਵੇਖੋ ਖੋਲ ਜਰਾ। ਸਹੀ ਦੀ ਹੈ ਲੈ। ਤੇ ਮੰਮੀ ਤੁਸੀਂ ਸੱਚੀ ਬੰਨੇ ਦਿੱਤੇ? ਉਹ ਮੈਂ ਨਹੀਂ ਬੰਨੇ ਦਿੱਤੇ, ਉਹ ਤੇ ਗੋਲਡੀ ਬਣਾ ਕੇ ਲੈ, ਗੋਲਡੀ ਬਣਾ ਕੇ ਲੈ ਕੇ ਆਇਆ ਤੇਰੇ ਵਾਸਤੇ। ਅੱਛਾ, ਇਹਨਾਂ ਨੇ ਜਿਹੜੇ ਉਹ ਪੈਸੇ? ਹਾਂ, ਇਹ ਐਵੇਂ ਨਹੀਂ ਸੀ ਰੋਜ਼ ਕਹਿਣ ਡਿਆ ਪੈਸੇ ਦੋ। ਵੇਖੋ ਦਾਦੀ ਜੀ, ਬਹੁਤ ਸੋਹਣੇ, ਬਹੁਤ ਹੀ ਸੋਹਣੇ, ਬਹੁਤ ਵਧੀਆ ਡਿਜ਼ਾਈਨ ਹੈ। ਆਹੋ, ਬਹੁਤ ਸੋਹਣਾ। ਮੰਮੀ ਮੈਂ ਇਤਰਾ ਕਰਦੀ ਆ, ਫਿਲਹਾਲ ਨਾ ਇੱਥੇ ਰੱਖ ਦਿੰਦੀ ਆ। ਪਤਾ ਕੀ, ਹਜੇ ਮੈਂ ਡਸਟਿੰਗ ਵੀ ਕਰਨੀ ਆ ਸਾਰੀ। ਸ਼ਦੈਣੇ, ਇਹਨੂੰ ਪਾ ਕੇ ਤਾਂ ਵਿਖਾ ਤੂੰ। ਮੰਮੀ ਬਾਅਦ ਚੋਂ ਪਾ ਲਾਂਗੀ, ਪਤਾ ਕੀ ਕੰਮ ਬੜਾ ਪਿਆ ਪੈਂਡਿੰਗ, ਤੁਹਾਨੂੰ ਪਤਾ ਤੇਗਾ 2 ਦਿਨ ਹੋ ਗਏ ਪਾਇਲ ਨਹੀਂ ਆਉਂਦੀ, ਆ ਮਿੱਟੀ ਵੇਖੋ ਕਿੰਨੀ ਹੈ ਇਹਦੇ ਉੱਤੇ। ਚੱਲ ਪੁੱਤ, ਤੇਰੀ ਮਰਜ਼ੀ, ਖੁਸ਼ ਰਿਹਾ ਕਰ। ਹਾਂਜੀ ਮੰਮੀ, ਮੈਨੂੰ ਰੱਦਾ ਹੈ ਇਤਨਾ 2-4 ਦਿਨਾਂ ਬਾਅਦ ਭੈਣ ਜੀ ਸਾਨੂੰ ਕਿਸੇ ਨਾ ਕਿਸੇ ਗੱਲ ਦਾ ਝੂਠ ਬੋਲ ਦੇਣਾ ਚਾਹੀਦਾ। ਤੇਰੀਆਂ ਚੀਜ਼ਾਂ ਤੇ ਮੰਮੀ ਇਹਦੇ 'ਚ ਝੂਠ ਬੋਲਣ ਦੀਆਂ ਲੋੜ ਨਹੀਂ, ਆਪਾਂ ਇਹਨਾਂ ਨੂੰ ਇਤਨਾ ਹੀ ਕਹਿ ਦਾਂਗੇ। ਅੱਜ ਨਾ ਮੰਮੀ ਦਾ ਨਾ ਵਾਲੀਆਂ ਲੈਣ ਦਾ ਜੀ ਕਰਦੇ ਆ। ਉੱਥੇ ਕੀ ਚਾਹ ਪੀਣੀ ਆ? ਵੇਖੋ ਕਿੱਡੇ ਗੱਦੇ ਗਰਮ ਨੇ, ਆਪਾਂ ਡਰਾਇੰਗ ਰੂਮ ਚ ਜਾਂਦੇ ਹਾਂ ਸਾਰੇ, ਨਾਲੇ ਖੁੱਲੇ ਡੁੱਲੇ ਹੋ ਕੇ ਬਵਾਂਗੇ, ਚੱਲੇ ਗੱਪਾਂ ਛੱਪਾਂ ਮਾਰਾਂਗੇ ਰਮਾਨ ਨਾਲ। ਹਾਂ ਹਾਂ, ਚਲੋ ਚਲੋ ਚਲੋ, ਹਾਂ ਚਲੋ ਚਲੀਏ ਬਾਹਰ।
ਵੈਸੇ ਇੱਕ ਗੱਲ ਤਾਂ ਹੈ ਕਿ ਮੈਨੂੰ ਪਿਆਰ ਕਿੰਨਾ ਕਰਦੇ ਆ ਰੱਬ ਨਾ, ਹਰ ਇੱਕ ਕੁੜੀ ਨੂੰ ਨਾ ਇਸ ਤਰ੍ਹਾਂ ਦਾ ਜੀਵਨ ਸਾਥੀ ਦੇਵੇ ਜਿਹੜਾ ਕਿ ਉਹਦੀ ਕੇਅਰ ਵੀ ਕਰੇ ਅਤੇ ਰਿਸਪੈਕਟ ਵੀ ਕਰੇ। ਚਲੋ ਚਾਹ ਬਣਾ ਦੇਵਾਂ ਮੈਂ। ਮੈਂ ਨਾ ਇੱਥੇ ਰੱਖ ਦਿੰਦੀ, ਬਾਅਦ 'ਚੋਂ ਆ ਕੇ ਲੈ ਲਵਾਂ। ਚਲੋ ਚਾਹ ਬਣਾ ਕੇ। ਅੱਛਾ ਭੈਣ ਜੀ, ਵੈਸੇ ਇੱਕ ਗੱਲ ਜੇ, ਸਾਡੀ ਕਲੋਨੀ 'ਤੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ, ਸਭ ਆਪੋ ਆਪਣੇ ਅੰਦਰ, ਕੋਈ ਕਿਸੇ ਨੂੰ ਬੁਲਾਉਂਦਾ ਨਹੀਂ, ਲੰਘਦੇ ਆਉਂਦੇ ਚਲੋ ਜੀ ਸਤਿ ਸ਼੍ਰੀ ਅਕਾਲ ਕਰ ਦਿੱਤੀ, ਹੁਣ ਕੋਈ ਨਹੀਂ ਕਿਸੇ ਵੱਲ ਆਉਂਦਾ ਜਾਂਦਾ। ਇੱਥੇ ਹੀ ਮੈਂ ਦੇਖਿਆ, ਉੱਠਿਆ ਉਹਦੇ ਘਰ ਚਲ ਜਾਓ, ਉੱਠਿਆ ਉਹਦੇ, ਕਦੀ ਉਹ ਆਉਂਦੀ ਹੈ ਕਦੀ ਉਹ ਜਾਂਦੇ, ਬਸ ਇੱਥੇ ਹੀ ਕਲੋਨੀ 'ਚ ਇਹੋ ਕੁਛ ਹੈਗਾ। ਸਾਡੇ ਕੋਈ ਨਹੀਂ ਇਸ ਤਰ੍ਹਾਂ ਆਉਂਦਾ ਜਾਂਦਾ ਕਿਸੇ ਦੇ ਘਰ। ਭੈਣ ਜੀ, ਜੇ ਕਿਸੇ ਦੇ ਨਾਲ ਕੋਈ ਬਣੀ ਹੋਏਗੀ ਫਿਰ ਹੀ ਕੋਈ ਕਿਸੇ ਦੇ ਘਰ ਜਾਏਗਾ ਨਾ। ਜੇ ਕਿਸੇ ਨਾਲ ਕੋਈ ਪਿਆਰ ਕਰਦਾ ਹੋਏਗਾ, ਮਿਲਦਾ ਵਰਤਦਾ ਹੋਏਗਾ, ਫਿਰ ਹੀ ਉਹਦੇ ਘਰ ਜਾਏਗਾ। ਜੇ ਮਿਲਣਾ ਵਰਤਣਾ ਹੀ ਨਹੀਂ ਅਸੀਂ ਚੱਜ ਨਾਲ, ਬੋਲਣਾ ਹੀ ਨਹੀਂ, ਕਵਾਉਣਾ ਹੀ ਨਹੀਂ ਕਿਸੇ ਨੂੰ, ਤਾਂ ਕੌਣ ਕਿਸੇ ਦੇ ਘਰ ਜਾਂਦਾ? ਕੋਈ ਨਹੀਂ ਕਿਸੇ ਦੇ ਘਰ ਜਾਂਦਾ, ਉਹ ਆਪਣੇ ਘਰ ਹੀ ਰਹਿੰਦਾ। ਭੈਣ ਜੀ, ਸੋਹਣਾ ਨੇ ਗੱਲ ਸਹੀ ਕਹੀ ਜੇ, ਜੇ ਕਿਸੇ ਦੀ ਬਣੀ ਬਣਾਈ ਹੋਵੇ ਤਾਂ ਹੀ ਉਹ ਕਿਸੇ ਦੇ ਘਰ ਕੋਈ ਆਉਂਦਾ ਜਾਂਦਾ, ਨਾਲੇ ਵੱਸਦਿਆਂ ਘਰਾਂ 'ਚ ਕੋਈ ਜਾਂਦਾ। ਹਾਂ, ਉੱਥੇ ਕਿੱਥੇ ਜਾਣਾ? ਉੱਥੇ ਕਿਸੇ ਨੇ ਜਾਣਾ? ਓ ਇਹ ਤਾਂ ਗੱਲ ਭੈਣ ਜੀ ਸਹੀ ਕਹੀ ਆ, ਮਹਾਰਾਜ ਸੁੱਖ ਰੱਖੇ, ਘਰ ਆਉਂਦੇ ਜਾਣਾ ਚਾਹੀਦਾ। ਭੈਣ ਭਰਾ ਤਾਂ ਅੱਜ ਕੱਲ੍ਹ ਬਾਅਦ 'ਚ ਆਉਂਦੇ, ਪਹਿਲਾਂ ਆਂਢ ਗੁਆਂਢ ਹੀ ਆਉਂਦਾ ਨਾ। ਹਾਂਜੀ ਹਾਂਜੀ। ਭੈਣ ਜੀ, ਤੁਹਾਡੀ ਕਲੋਨੀ ਨਾ ਫਿਰ ਕੋਰੀ ਜਿਹੀ ਹੋਣੀ ਆ, ਤਦ ਹੀ ਲਾਗੇ ਬੰਨੇ ਕਿਸੇ ਨਾਲ ਬੰਦ ਹੀ ਨਹੀਂ। ਜੇ ਤੁਹਾਡੇ ਲਾਗੇ ਬੰਨੇ ਬੋਲਚਾਲ ਹੋਣ, ਲੋਕ ਇੱਕ ਦੂਜੇ ਨਾਲ ਪਿਆਰ ਕਰਨ, ਤਾਂ ਤੁਸੀਂ ਇੱਥੇ ਥੋੜ੍ਹਾ ਆਉਣਾ। ਹੁਣ ਸਾਡੇ ਵੇਲੋਂ ਆਂਢ ਗੁਆਂਢ ਉਹ ਸਾਰਾ ਦਿਨ ਹੀ ਆਪਾਂ ਕਿਸੇ ਦੇ ਘਰ 'ਤੇ, ਕੋਈ ਸਾਡੇ ਘਰ ਕਦੇ ਜੀ ਬਾਹਰ ਬਹਿ ਕਦੇ ਅੰਦਰ ਆ, ਸਾਰਾ ਦਿਨ ਸਾਨੂੰ ਪਤਾ ਹੀ ਲੱਗਦਾ ਕਿੱਥੇ ਦਿਹਾੜੀ ਲੰਘ ਜਾਂਦੀ ਸਾਡੀ। ਇਹ ਪਿਆਰ ਦੀ ਗੱਲ ਹੁੰਦੀ ਆ, ਬਿਲਕੁਲ ਪਿਆਰ ਹੀ ਨਹੀਂ ਕਰਨਾ ਤਾਂ ਫਿਰ ਕਿੱਥੇ ਜਾਣਾ, ਘਰੇ ਹੀ ਰਹਿਣਾ ਫਿਰ। ਭੈਣ ਜੀ, ਵੈਸੇ ਤਾਂ ਵਿਹਲਿਆਂ ਦਾ ਹੀ ਕੰਮ ਜੇ, ਮੂੰਹ ਚੁੱਕੇ ਉੱਧਰ ਤੁਰ ਪਓ, ਮੂੰਹ ਚੁੱਕੇ ਉੱਧਰ ਤੁਰ ਪਓ, ਕੋਈ ਆਵੇ ਕੋਈ ਜਾਵੇ, ਸਾਰਾ ਦਿਨ ਬੂਹੇ ਖੜਕਾਉਂਦੇ ਰਹੋ ਅਤੇ ਅਗਲੇ ਖੋਲਦੇ ਹੀ ਰਹਿਣ, ਕੋਈ ਅਗਲੇ ਵਿਹਲੇ ਥੋੜ੍ਹੀ ਹੁੰਦੇ ਆ, ਕਈ ਕੰਮ 36 ਕੰਮ ਉਹਨਾਂ ਨੂੰ ਕਰਦੇ ਹੁੰਦੇ ਆ। ਇਹ ਤਾਂ ਆਪੋ ਆਪਣੀ ਸੋਚ ਹੈ, ਤੁਹਾਡੀ ਸੋਚ ਇਵੇਂ ਦੀ ਆ, ਸਾਡੀ ਸੋਚ ਉਵੇਂ ਦੀ ਹੈ, ਅਤੇ ਜਿੰਨੀ ਸੋਚ ਚੰਗੀ ਹੋਊਗੀ ਉਨੇ ਚੰਗੇ। ਇਹ ਵਿਹਲਿਆਂ ਦੇ ਸਾਡੇ ਨਹੀਂ, ਉੱਥੇ ਕੋਈ ਅੰਜ ਤੱਕਦਾ ਹੀ ਨਹੀਂ ਕਿਸੇ ਵੱਲ, ਕੋਈ ਕਿੱਥੇ ਬੈਠਾ। ਚਾਹ ਪੀਓ ਤੁਸੀਂ। ਹਾਂ ਪੀਓ ਪੀਓ ਚਾਹ, ਆਪਾਂ ਤਾਂ ਪੀ ਲਈ ਆ, ਤੁਹਾਡੀ ਚਾਹ ਠੰਡੀ ਹੋ ਗਈ। ਚੰਗਾ ਭੈਣ ਜੀ ਜਸਬੀਰ, ਮੈਂ ਚੱਲਾਂ। ਭੈਣ ਜੀ ਬਹਿ ਜਾਓ। ਨਹੀਂ ਨਹੀਂ, ਫਿਰ ਖਾ ਕੇ ਜਾਇਓ ਭੈਣ ਜੀ, ਰੋਟੀ ਦੀ ਨਹੀਂ ਲੋੜ, ਰੋਟੀ ਪੱਕੀ ਪਈ ਘਰੇ, ਅਤੇ ਮੈਂ ਫਿਰ ਆਵਾਂਗੀ। ਓਕੇ ਠੀਕ ਹੈ ਭੈਣ ਜੀ। ਹਾਂ, ਪਿਆਰ ਸਾਡਾ ਇੰਨਾ ਹੀ ਨਹੀਂ ਰਹਿ ਸਕਦੇ ਇੱਕ ਦੂਜੇ ਨੂੰ, ਅਸੀਂ ਤਾਂ ਆਉਣਾ ਹੀ ਆਉਣਾ। ਮੈਂ ਜਾਇਆ ਕਰੋ ਸਗੋ, ਮੈਂ ਸਵੇਰੇ ਫਿਰ ਆ ਜਾਂਦਾ। ਹੋਰ? ਹਾਂ, ਮੇਰਾ ਵੀ ਨਾਲੇ ਦਿਲ ਲੱਗਾ ਰਹਿੰਦਾ, ਮੈਂ ਸਵੇਰੇ ਫਿਰ ਆ ਜਾਣਾ। ਹਾਂ ਕੋਈ ਨਹੀਂ, ਚਲੋ ਆਓ ਚਾਈ ਜੀ, ਆਜੋ ਗੇਟ ਤੱਕ ਆ ਰਹੇ। ਆ ਜਾਣਾ, ਆ ਜਾਣਾ, ਫਿਰ ਮੈਂ ਫਿਰ ਆ ਜਾਂਗੀ ਸਵੇਰੇ, ਨਹੀਂ ਤੇ ਵਿਹਲੇ ਬੈਠੇ, ਘਰ ਦਾ ਕੰਮ ਵਿਚਾਰੀ ਦਾ ਮੁੱਕਦਾ ਨਹੀਂ, ਸਾਰਾ ਦਿਨ ਸ਼ਦਾਈਆਂ ਵਾਂਗ ਲੱਗੀ ਰਹਿੰਦੀ।
There's no time for me. I've been flying from town to town.